ਤੇ ਸੁਨਿਆਰੇ ਦੀ ਦੁਕਾਨ ਨੂੰ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਦੱਸ ਦਈਏ ਕਿ ਹਥਿਆਰਾਂ ਦੀ ਨੋਕ ਦੇ ਉੱਤੇ ਆਏ ਇਹਨਾਂ ਲੁਟੇਰਿਆਂ ਦੇ ਵੱਲੋਂ ਸ਼ਰਿਆਮ ਜੋ ਦੁਕਾਨਦਾਰ ਹੈ ਉਸ ਦੇ ਉੱਤੇ ਹਮਲਾ ਕੀਤਾ ਗਿਆ, ਜਿਸ ਦੇ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਤੇ ਲੱਖਾਂ ਰੁਪਏ ਦੇ ਗਹਿਣੇ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਨੇ। ਤਾਂ ਦੱਸ ਦਈਏ ਕਿ ਦੀਵਾਲੀ ਦਾ ਸੀਜ਼ਨ ਹੈ, ਅਜਿਹੇ ਦੇ ਵਿੱਚ ਲਗਾਤਾਰ ਲੁੱਟ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਤਾਜ਼ਾ ਖਬਰ ਹੁਣ ਸੋਨੀਪਤ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਸੁਨਿਆਰੇ ਦੀ ਦੁਕਾਨ ਦੇ ਵਿੱਚ ਵੜ ਕੇ ਲੁੱਟ ਕੀਤੀ ਗਈ ਹੈ। ਤਾਂ ਦੱਸ ਦਈਏ ਕਿ ਪਹਿਲਾਂ ਤਾਂ ਉਸ ਸੁਨਿਆਰੇ ਦੇ ਵੱਲੋਂ ਵੀ ਲਗਾਤਾਰ ਇਹਨਾਂ ਦਾ ਸਾਹਮਣਾ ਕੀਤਾ ਜਾਂਦਾ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਦੋ ਉਹ ਬਦਮਾਸ਼ ਹੁੰਦੇ ਨੇ ਜਿਹੜੇ ਲੁੱਟ ਕਰਨ ਦੇ ਲਈ ਦੁਕਾਨ 'ਚ ਵੜਦੇ ਨੇ ਤੇ ਉਹਨਾਂ ਦੇ ਵੱਲੋਂ ਜ਼ਬਰਦਸਤੀ ਜੋ ਦੁਕਾਨਦਾਰ ਹੈ ਉਸਨੂੰ ਜ਼ਖਮੀ ਕੀਤਾ ਜਾਂਦਾ ਹੈ ਤੇ ਫਿਰ ਅੰਦਰ ਪਏ ਗਹਿਣਿਆਂ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਖਬਰ ਸੋਨੀਪਤ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਲਗਾਤਾਰ ਆਏ ਦਿਨ ਲੁੱਟ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ ਤੇ ਸਾਰੀ ਹੀ ਇਹ ਘਟਨਾ ਕੋਲ ਹੀ ਲੱਗੇ CCTV ਦੇ ਵਿੱਚ ਕੈਦ ਹੋਈ ਹੈ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਾਈਕ ਦੇ ਉੱਤੇ ਸਵਾਰ ਹੋ ਕੇ ਦੋ ਬਦਮਾਸ਼ ਆਉਂਦੇ ਨੇ ਅਤੇ ਮੂੰਹ ਉਹਨਾਂ ਨੇ ਆਪਣੇ ਢੱਕੇ ਹੋਏ ਹੁੰਦੇ ਨੇ ਤੇ ਦੁਕਾਨ ਦੇ ਅੰਦਰ ਵੜਦੇ ਸਾਰ ਹੀ ਜੋ ਦੁਕਾਨਦਾਰ ਹੈ ਉਸਨੂੰ ਪਿਸਤੌਲ ਦਿਖਾਇਆ ਜਾਂਦਾ ਹੈ ਤੇ ਬੈਗ ਜੋ ਹੈ ਉਸ ਕਾਊਂਟਰ ਦੇ ਉੱਤੇ ਰੱਖ ਦਿੱਤਾ ਜਾਂਦਾ ਹੈ। ਹਾਲਾਂਕਿ ਜਿਵੇਂ ਹੀ ਉਸ ਦੁਕਾਨਦਾਰ ਦੇ ਵੱਲੋਂ ਇਹਨਾਂ ਦਾ ਸਾਹਮਣਾ ਕਰਨਾ ਸ਼ੁਰੂ ਕੀਤਾ ਜਾਂਦਾ ਤਾਂ ਇਹਨਾਂ ਦੇ ਵੱਲੋਂ ਤੁਰੰਤ ਹੀ ਉਸ ਤੇ ਜੋ ਬੰਦੂਕ ਹੁੰਦੀ ਹੈ ਉਸ ਦੇ ਨਾਲ ਹੀ ਹਮਲਾ ਕਰ ਦਿੱਤਾ ਜਾਂਦਾ, ਜਿਸ ਦੇ ਵਿੱਚ ਦੁਕਾਨਦਾਰ ਕਾਫੀ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ। ਹਾਲਾਂਕਿ ਇਹਨਾਂ ਦੇ ਵੱਲੋਂ ਲੁੱਟ ਕਰਨ ਤੋਂ ਬਾਅਦ ਜਿਵੇਂ ਹੀ ਇਹ ਬਾਹਰ ਨਿਕਲਦੇ ਨੇ ਤਾਂ ਬਾਹਰ ਨਿਕਲ ਕੇ ਵੀ ਦੁਕਾਨਦਾਰ ਦੇ ਵੱਲੋਂ ਇਹਨਾਂ ਦੇ ਉੱਤੇ ਇੱਟਾਂ ਰੋੜੇ ਵਰਸਾਏ ਜਾਂਦੇ ਨੇ, ਪਰ ਜਦੋਂ ਤੱਕ ਲੋਕ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਉਦੋਂ ਤੱਕ ਇਹ ਮੌਕੇ ਤੋਂ ਫਰਾਰ ਹੋ ਗਏ ਸੀ ਤੇ ਦੁਕਾਨਦਾਰ ਗੰਭੀਰ ਰੂਪ ਨਾਲ ਜ਼ਖਮੀ ਹੋਇਆ, ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਸੋਨੀਪਤ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਆਏ ਦਿਨ ਲੁੱਟ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ। सदर थाने के पास दुकान है मेरी, किस चीज़ की? रोहाना रोड पे सुनार की। अच्छा। वहाँ पे 1:15 बजे के करीब दो बंदे घुसे, रात ही बोले निकाल दे जो कुछ है। मैंने सोचा पैर रुपया वगैरह होंगे तो मजाक कर रहे हुए, तो एकदम जब वो हाथ आया ना उसके उसका मुंह की तरफ, अगर निकालता है कि नहीं, फिर मैं थोड़ा सीरियस होया। फिर जैसे मैंने उसको मुक्का मारा ना, दूसरे ने फिर बट मारा मेरे यहाँ पे, तो फिर एक का तो मैं पकड़े रखा लेकिन दूसरा मारता रहा। क्या ले रहे थे? वो कट्टे ले रहे थे दोनों हाथ में, तो जैसे अंदर की तरफ ले गया तो एक नगल्ले में से सामान निकाल लिया जो कुछ भी रखा था, और फिर दोनों जैसे बाहर निकलने लगे ना मैं भी पीछे भाग गया, तो बाहर निकल गया उसकी मोटरसाइकिल स्टार्ट हुई, उसका मोबाइल भी गिर गया वहीं पर, और फिर ईंट मिली मेरा और कुछ था नहीं, ईंट मारी तो पड़ोसी भी भागे एकदम ईंट उठा उठा के, तो वो भाग गए। फिर आगे कोई ऋषिपुर स्कूल है, उसकी छुट्टी थी, छुट्टी हुई थी बच्चे, तो वहाँ पर पकड़ा गया, उसकी मोटरसाइकिल पकड़ी गई है और कट्टा भी वहीं पड़ा है, वो लड़का भाग गया। क्या नाम है? तो जितेंद्र वर्मा नाम है।